ਗਏ। ਉਹ ਰਾਕੇ ਹੁਣ ਘਾਲਾ ਬਾਲਾ ਕਰੀ ਜਾਂਦੇ ਆ। ਤੁਹਾਡੀਆਂ ਪੰਚਾਇਤਾਂ ਨੂੰ ਇੱਕ ਇੱਕ ਸਾਲ ਪਹਿਲਾਂ ਇਹਨਾਂ ਨੇ ਤੋੜ ਦਿੱਤਾ, ਭੰਨ ਘੜਤਾ। ਹੋਰ ਚਲਾਉਂਦਾ ਸੀ ਇੱਕ ਸੈਕਟਰੀ, ਔਰ ਤੁਹਾਡੇ ਪਿੰਡ ਕੋਲ ਮੈਨੂੰ ਪਤਾ 30 ਲੱਖ ਤੋਂ ਵੱਧ ਰੁਪਈਆ ਪਿਆ ਸੀ। ਇਹ ਤਾਂ ਹੁਣ ਜਿਹੜੇ ਸਰਪੰਚ ਬਣੇ ਉਹ ਦੇਖੋਗੇ ਹੁਣ ਕਿੰਨਾ ਆ, ਉਹ ਸਾਲ ਦੇ ਵਿੱਚ ਉਸ ਤੋਂ ਕਿੰਨਾ ਕੇ ਖਾ ਗਿਆ, ਕਿੰਨਾ ਕਰ ਗਿਆ। ਹੁਣ ਆਹ ਜਿਹੜੀ ਦੌੜ ਵਾ ਜਿਹਦੇ ਵਿੱਚ ਡਾਕਟਰ ਰਾਜ ਕੁਮਾਰ ਪੱਪਾ ਭਰ ਹੋਇਆ ਆ, ਜਾਨ ਨਿਕਲਦੀ ਜਾਂਦੀ ਉਹਦੀ ਵੀ ਕਿਹਦਾ ਮੇਰਾ ਮੁੰਡਾ ਜਿੱਤ ਗਿਆ। ਵਾਰ ਵਾਰ ਮੁੱਖ ਮੰਤਰੀ ਨੂੰ ਸੱਦ ਰਿਹਾ, ਵਾਰ ਵਾਰ ਮੁੱਖ ਮੰਤਰੀ ਨੂੰ ਸੱਦ ਰਿਹਾ। ਜੇ ਤੁਸੀਂ ਇੰਨਾ ਵਧੀਆ ਕੀਤਾ ਹੋਵੇ ਤਾਂ ਮੁੱਖ ਮੰਤਰੀ ਨੂੰ ਸੱਦਣ ਦੀ ਕੀ ਲੋੜ? ਆਹ ਪ੍ਰੈਸ ਵਾਲੇ ਵੀ ਖੜੇ ਆ, ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਵਾ, ਕਿੰਨੇ ਮੰਤਰੀ ਆ, ਕਿੰਨੇ ਲੀਡਰ ਵਾ, ਕਿ ਮੈਂ ਨਹੀਂ ਬੁਲਾ ਕਿੱਦਾਂ ਮੇਰਾ ਮੁੰਡਾ ਜਿੱਤ ਜਾਏ। ਜੇ ਠੰਡਲ ਜਿੱਤ ਗਿਆ, ਕੋਈ ਹੋਰ ਜਿੱਤ ਗਿਆ, ਕੱਲ੍ਹ ਨੂੰ ਜਿਹੜੀਆਂ ਫਾਈਲਾਂ ਬੰਦ ਹੋਈਆਂ ਫਿਰ ਨਾ ਖੁੱਲ੍ਹ ਜਾਣ, ਜਾਂ ਜਿਹੜੇ ਪੰਚਾਇਤਾਂ ਦੇ ਘਬਲੇ ਘੁਬਲੇ ਆ ਫਿਰ ਨਾ ਨੰਗੇ ਹੋ ਜਾਣ। ਪਰ ਇਹ ਗੱਲ ਮੈਂ ਜ਼ਰੂਰ ਦੱਸ ਦਿੰਦਾ, ਇਹ ਭਾਵੇਂ ਭਗਵੰਤ ਮਾਨ ਉਹਨਾਂ ਨੂੰ ਫਾਈਲਾਂ ਨੂੰ ਬੰਦ ਕਰ ਲਵੇ, 27 ਨੂੰ ਭਗਵੰਤ ਮਾਨ ਸਤਾਈ 'ਚ ਨਹੀਂ ਕਦੇ ਵੀ ਆਉਂਦਾ ਪੰਜਾਬ 'ਚ। ਜੇ ਪੰਜਾਬ ਸਰਕਾਰ ਨਾ ਕਰ ਸਕੀ ਫਿਰ ਕੋਈ ਗੱਲ ਨਹੀਂ, ਸੋਹਣ ਸਿੰਘ ਠੰਡਲ ਵੀ ਨੈਸ਼ਨਲ ਪਾਰਟੀ ਦਾ ਮੈਂਬਰ ਵਾ, ਫਿਰ ਮੇਰਾ ਵੀ ਟੈਲੀਫੋਨ ਖੜਕ ਸਕਦਾ ਕਿਤੇ ਨਾ ਕਿਤੇ। ਇਹ ਮਹੀਨੇ ਦਾ 1000 ਦੇਣਾ ਸੀ ਨਾ, 32 ਮਹੀਨੇ ਹੋ ਗਏ। ਮੈਂ ਤਾਂ ਹੁਣ ਬੁੱਢਾ ਆ, ਮੈਨੂੰ ਤਾਂ ਮੁੰਡੇ ਨੂੰ ਤਾਂ ਬਹੁਤ ਜ਼ਿੰਦਗੀ ਪਈ ਆ, ਉਹ ਤਾਂ ਅਗਲੇ 2 ਸਾਲਾਂ ਬਾਅਦ ਫਿਰ ਵੀ ਸੈੱਟ ਹੋ ਜਾਏ। ਇੱਕ ਗੱਲ ਬੀਬੀ ਹੋ ਰਿਹਾ, ਉਹ ਡਾਕਟਰ ਆ, ਉਹ ਕਹਿੰਦਾ ਮੁੰਡਾ ਡਾਕਟਰ ਆ ਰਾਜ। ਸਭ ਤੋਂ ਵੱਧ ਮੈਂ ਭੈਣ ਜੀ ਨੂੰ ਪੁੱਛ ਰਿਹਾ ਜਿਹੜੀ ਗੱਲ ਕਰਦੇ ਆ, 92 ਸੀਟਾਂ ਜਿਤਾਤੀ ਆ, 92 ਸੀਟਾਂ ਇੰਨੀ ਆ ਗਈਆਂ, ਸਰਕਾਰ ਇਕੱਲੀ ਬਣ ਕੇ ਉਹ ਕਹਿੰਦੇ ਗੱਲੇ ਕੋਈ ਨਹੀਂ। ਇੱਕ ਮਿੰਟ ਮੈਂ ਗੱਲ ਕਰਨੀ, ਮੈਂ ਪਹਿਲਾਂ ਕਹਿ ਸੀ ਤੁਸੀਂ ਆ ਕਿ ਇਹ ਇਕੱਠੇ ਹੋ ਕੇ ਰਲ ਕੇ ਇਸ ਵੇਲੇ ਇੱਕੋ ਹੀ ਗੱਲ ਵਾ ਵੀ ਅਸੀਂ ਜਿੱਤੀ ਆਈਏ, ਅਸੀਂ ਜਿੱਤੀ ਆਈਏ, ਸਾਡੀ ਜਿਹੜੀ ਜਾਨ ਬਚ ਜਾਏ। ਉਸ ਕਰਕੇ ਮੈਂ ਬੇਨਤੀ ਕਰਨ ਵਾਸਤੇ ਆਇਆ, ਤੁਸੀਂ 3 ਸਾਲਾਂ ਵਿੱਚ ਸਰਕਾਰ ਦੇਖ ਲਈ ਆ, ਇਹਨੇ ਬੜੇ ਵਾਅਦੇ ਕੀਤੇ ਸੀ, ਪੜ੍ਹਿਆ ਲਿਖਿਆ ਉਹਦੀ ਜ਼ਿੰਦਗੀ ਇੰਨੀ ਵਧੀਆ ਆ, ਕਿਉਂ ਫੇਰਦਾ ਉਹਨੂੰ ਗਲੀਆਂ ਦੇ ਵਿੱਚ ਘਰ ਹੁਣ ਡਾਕਟਰੀ ਕਰਾਵੇ ਉਹਦੇ ਕੋਲ, ਨਾਲੇ ਲੋਕਾਂ ਦਾ ਇਲਾਜ ਕਰੇ, ਲੋਕਾਂ ਦੀ ਸੇਵਾ ਕਰੇ, ਨਾਲੇ ਪੈਸੇ ਕਮਾਵੇ। ਇਹ ਗੱਲ ਵਿਚਾਰਨ ਵਾਲੀ ਆ, ਤੁਸੀਂ ਵੀ ਹੋਵੇ, ਤੁਸੀਂ ਜੇ ਆਪਣਾ ਮੁੰਡਾ ਇੰਨਾ ਡਾਕਟਰ ਨੂੰ ਬਣਾਉਣਾ ਹੋਵੇ 1 ਕਰੋੜ ਰੁਪਈਆ ਲੱਗਦਾ, ਜੇ ਡਾਕਟਰ ਬਣਾ ਕੇ ਤੁਸੀਂ ਉਹਨੂੰ ਫਿਰ ਮੇਰੇ ਵਾਂਗੂ ਗਲੀਆਂ 'ਚ ਫੇਰਨਾ, ਇਹ ਕਿੱਥੋਂ ਦੀ ਲਿਆਕਤ ਆ? ਅਸਲ ਗੱਲ ਜਿਹੜੀ ਮੈਂ ਕਹਿੰਦਾ ਉਹ ਆ, ਹੁਣ ਇਹ ਆ ਕਿ MP ਤਾਂ ਬਣ ਗਿਆ, ਪਰ ਇਹ ਆ ਵੀ ਜਿਹੜੇ ਮੇਰੇ ਇਹ ਕਾਲੇ ਕਾਰਨਾਮੇ ਹੋਏ ਹੋ 7-8 ਸਾਲਾਂ ਦੇ, ਇਹ ਜੇ ਕੋਈ ਹੋਰ ਬਣ ਗਿਆ ਕਿਤੇ ਨੰਗੇ ਨਾ ਹੋ ਜਾਣ, ਅਤੇ ਮੁੰਡਾ ਬਣ ਜਾਵੇ ਆਰਾਮ ਨਾਲ ਢੱਕੀ ਟੁੱਕੀ ਰਹਿ ਜਾਵੇ, ਤਾਂ ਆਪਾਂ ਘਰ 'ਚ ਹੀ ਆਪਣੀ ਜਿਹੜੀ ਖਿਚੜੀ ਛੁਲੜੀ ਪਾ ਲਈਏ। ਇਸ ਕਰਕੇ ਲੋਕਾਂ ਨੂੰ ਹੁਣ ਅਕਲ ਆ, ਲੋਕ ਸਮਝਦੇ ਆ ਵੀ ਇੱਥੇ ਗੱਲ ਕੀ ਆ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦੀ ਹਾਂ, ਨਾ ਤਾਂ ਬੀਬੀਆਂ ਦਾ 1000 ਜਾਂ 1100 ਕਿਰਾਇਆ, ਜਿਹੜੀਆਂ ਸਕੀਮਾਂ ਅਸੀਂ ਚਲਾਈਆਂ ਸੀਆਂ, ਚਾਹੇ ਸ਼ਗਨ ਸਕੀਮ ਸੀ, ਚਾਹੇ ਬੱਚਿਆਂ ਲਈ ਸਾਈਕਲ ਸੀਗੇ, ਚਾਹੇ ਜਿਹੜੀ ਆਟਾ ਦਾਲ ਸਕੀਮ ਸੀ, ਲਓ ਮੈਂ 35,000 ਕਾਰਡ ਬਣਾਇਆ ਹਲਕਾ ਚੱਬੇਵਾਲ 'ਚ। ਕਾਰਡ ਬੰਦ ਕਰ ਦਿਓ, ਪੈਨਸ਼ਨਾਂ ਕੱਟ ਦਿਓ, ਸ਼ਗਨ ਸਕੀਮ ਕੱਟ ਦਿਓ, ਜਿਹੜਾ ਮੁਫ਼ਤ ਇਲਾਜ ਹੁੰਦਾ ਸੀ ਉਹ ਬੰਦ ਕਰ ਦਿਓ। ਸਾਡੇ ਕੋਲ 30 ਕਿਲੋ ਆਉਂਦੀ ਸੀ, ਹੁਣ 10 ਕਿਲੋ ਕੱਟ ਦਿਓ ਕਾਰਡ।
ਆ ਫਲਾਣਾ ਹੈ ਕੱਟ ਕੱਟ ਦਿਓ ਆਹ ਹੈ ਕੱਟ ਦਿਓ 20,000 ਰਹਿ ਗਿਆ 15,000 ਕੱਟਦਾ ਅੱਛਾ ਸਾਡੀ ਬੀਜੇਪੀ ਸਾਂਝੀ ਸਰਕਾਰ ਸੀ ਤੁਸੀਂ ਕਿੱਥੇ ਨਹੀਂ ਸੀ ਗੱਲ ਆਖੀ ਤੁਹਾਡੇ ਸੁਪਨੇ 'ਚ ਵੀ ਨਹੀਂ ਹੋਣੀ ਸੀ ਅਸੀਂ ਕਿਹਾ ਟਿਊਬਲਾਂ ਦੇ ਬਿੱਲ ਮਾਫ਼ ਕਰ ਦਿਓ ਜ਼ਿਮੀਦਾਰ ਔਖਾ ਆ ਉਹਨੂੰ ਕੁਛ ਰਾਹਤ ਦਿਓ ਟਿਊਬਲ ਦਾ ਬਿੱਲ ਮਾਫ਼ ਕਰ ਦਿਓ ਚਲੋ ਮੇਰੇ ਵਰਗੇ ਵਿੱਚ ਇੱਥੇ ਵੀ ਬੈਠੇ ਸੀ ਗਰੀਬ ਘਰ ਵਾਲੇ ਮੈਂ ਕਿਹਾ ਜੀ ਇੱਕ ਮੇਰੇ ਵੀ ਕਹਿਣਾ ਮੰਨ ਲਓ ਤੁਹਾਨੂੰ ਦੱਸੋ ਮੈਂ ਜਿਹੜੇ ਗਰੀਬ ਉਹਨਾਂ ਦੇ ਬਿੱਲ ਵੱਧ ਆਉਂਦੇ ਉਹਨਾਂ ਦਾ ਵੀ ਕੁਛ ਕਰੋ ਫੈਸਲਾ ਹੋ ਗਿਆ 200 ਜੂਨ ਉਹਨਾਂ ਦਾ ਵੀ ਫਿਰ ਆ ਕੇ ਸਕੀਮਾਂ ਆ ਦੇਖੋ ਜ਼ਿਮੀਦਾਰ ਦਾ ਹਰ ਸਾਲ ਅਸੀਂ ਕਹਿੰਦੇ ਹਾਂ ਵੀ ਐਮ ਐਫ ਸੀ ਵਧੇ ਕਰੀ ਤੁਸੀਂ ਕਿਸੇ 10 ਰੁਪਏ ਵੱਧਦੀ ਸੀ 20 ਰੁਪਏ ਵੱਧਦੀ ਸੀ ਪਰ ਅੱਜ ਕੱਲ੍ਹ 100, 150, 200 ਰੁਪਏ ਵੱਧਦੀ ਉਹ ਵਧਣ ਦੇ ਬਾਵਜੂਦ ਵੀ ਜ਼ਿਮੀਦਾਰ ਕਹਿੰਦਾ ਸੀ ਯਾਰ ਖਰਚਾ ਨਹੀਂ ਪੂਰਾ ਹੋ ਰਿਹਾ ਅਸੀਂ ਕਿਹਾ ਵੀ ਉਹ ਤਾਂ ਐਮ ਐਸ ਪੀ ਤਾਂ ਚਲੋ ਨਹੀਂ ਹਰ ਸਾਲ ਵੱਧਦੀ ਆ ਅਤੇ ਜਿਹੜਾ ਗਰੀਬ ਆ ਉਹਨੂੰ ਤਾਂ ਪੇਟ ਰੋਕ ਭਰ ਕੇ ਰੋਟੀ ਨਹੀਂ ਵੀ ਮਿਲਦੀ ਜੇ ਅੱਜ ਸਾਡੀ ਕਣਕ ਜਿਹੜੀ ਆ ਜੇ 2200 ਨੂੰ ਵਿਕਦੀ ਆ ਤਾਂ ਸਰਕਾਰ ਨੂੰ 3000 ਨੂੰ ਕੁਆਂਟਲ ਪੈਂਦੀ ਆ ਉਹਦਾ ਬੋਰੀ ਵੀ ਆ ਉਹਦੀ ਭਰਾਈ ਵੀ ਆ ਛੜਾਈ ਆ ਲੜਾਈ ਆ ਉਹ ਚਲੋ ਰਾਤ ਖੋਲੀਏ ਹੌਲਾ ਕਰੀਏ ਉਹ ਤਾਂ ਚੱਲ ਪਏ ਜ਼ਿਲ੍ਹੇ ਨੇੜੇ ਜੇ ਆਏ ਅਤੇ ਉਹ ਅਹਿਲਕਾਰਾਂ ਨੇ ਕਿਹਾ ਜੀ ਵੀ ਨਾਲ ਦੇ ਬੰਦਿਆਂ ਨੇ ਹੌਲਾ ਘੱਟਤਾ ਫੌਜ ਚੜ੍ਹ ਕੇ ਆਉਂਦੀ ਉਹਨਾਂ ਨੇ ਕਹਿੰਦਾ ਅੱਛਾ ਕੋਈ ਗੱਲ ਨਹੀਂ ਥੋੜ੍ਹੇ ਜਿਹਾ ਕਹਿੰਦੇ ਬਹੁਤ ਨੇੜੇ ਆ ਗਏ ਕਹਿੰਦਾ ਕੋਈ ਗੱਲ ਨਹੀਂ ਜਦੋਂ ਪੂਜੇ 'ਤੇ ਵੜ ਗਏ ਕਹਿੰਦੇ ਜਦੋਂ ਸ਼ਹਿਰ 'ਚ ਆ ਵੜੇ ਕਹਿੰਦੇ ਅੱਛਾ ਉਹ ਮੇਰਾ ਚਿਮਟਾ ਝੋਲੀ ਕਿੱਥੇ ਆ ਪੈਸਾ ਤੱਕ ਹੁੰਦੀਆਂ ਅਤੇ ਲਿਸਟਾਂ ਬਣਾ ਕੇ ਮੈਨੂੰ ਦੇਣੀ ਇੱਕ ਜਿਨ੍ਹਾਂ ਦੇ ਘਰਾਂ ਤੱਕ ਗਰੀਬਾਂ ਦੇ ਹੁਣ ਤੱਕ ਲੈਟਰਨ ਬਾਥਰੂਮ ਨਹੀਂ ਬਣੇ ਉਹ ਚਾਹੇ ਵੋਟ ਪਾਉਣ ਚਾਹੇ ਨਾ ਪਾਉਣ ਕਿਸੇ ਵੀ ਪਾਰਟੀ ਦੇ ਹੋਣ ਉਹ ਲਿਸਟਾਂ ਬਣਾ ਕੇ ਦੇਣੀ ਸਾਡਾ ਮੰਤਵ ਇੱਕੋ ਹੀ ਆ ਕਿ ਆਪਾਂ ਹਰ ਜਿਹੜੇ ਘਰ ਨੂੰ ਤਕੜਾ ਤਾਂ ਚਲੋ ਕੋਠੀ ਢਾ ਕੇ ਨਵੀਂ ਕੋਠੀ ਵੀ ਪਾ ਲਓ ਗਰੀਬ ਦਾ ਜ਼ਿਆਦਾ ਰਸੋਈ ਨਹੀਂ ਪੈਂਦੀ ਉਸ ਕਰਕੇ ਉਹ ਸਾਰੇ ਕੰਮ ਜਿਹੜੇ ਉਹ ਵੀ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਠੀਕ ਆ ਜੀ ਸੋ ਇੰਨਾ ਕਹਿੰਦਾ ਦੇਖੋ ਮੈਂ ਸਮਝਦਾ ਕਿ ਸਹੀ ਮਹੀਨੇ ਵਿੱਚ ਇਹ ਲੋਕਾਂ ਦੇ ਮਨ ਦੀ ਉਹ ਮਤਲਬ ਅੰਦਰ ਦਰਦ ਦਾ ਸਾਹਮਣੇ ਆ ਰਿਹਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਵਾਪਰਿਆ ਸਰਕਾਰ ਨੇ ਕਿਸੇ ਵਰਗ ਲਈ ਵੀ ਕੋਈ ਕੰਮ ਨਹੀਂ ਕੀਤਾ ਅੱਜ ਲੋਕਾਂ ਕੋਲ ਕੀ ਆ ਉਪਾਅ ਕੀ ਆ ਆਪਣਾ ਪ੍ਰੋਟੈਸਟ ਕਰ ਸਕਦੇ ਆ ਔਰ ਇਹ ਉਹ ਵੀ ਨਿਸ਼ਾਨੀ ਆ ਕਿ ਜਿਹੜੀ 20 ਤਰੀਕ ਨੂੰ ਵੋਟ ਪੈਣੀ ਆ ਉਹ ਵੋਟ ਇਹ ਸਰਕਾਰ ਦੇ ਖਿਲਾਫ਼ ਪੈਣ ਦੀ ਗੱਲ ਚੱਲ ਰਹੀ ਆ ਔਰ ਇਹ ਸਰਕਾਰ ਨੂੰ ਵੀ ਪਤਾ ਆ ਸਰਕਾਰ ਨੇ ਆਪਣੀ ਸਾਰੀ ਤਾਕਤ ਚੁੱਕੀ ਆ ਮੁੱਖ ਮੰਤਰੀ 5ਵੀਂ ਵਾਰੀ ਆ ਗਿਆ ਸਾਰੀ ਮਸ਼ੀਨਰੀ ਪਿੰਡਾਂ ਵਿੱਚ ਜਾ ਕੇ ਬੀਬੀਆਂ ਦੇ ਘਰਾਂ 'ਚ ਕੋਈ ਉਹਨਾਂ ਨੂੰ ਪੁੱਛਦੇ ਤੁਹਾਡੀ ਅਸੀਂ ਸਰਵੇ ਕਰਨ ਆਏ ਹਾਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਕੋਈ ਕਹਿੰਦਾ ਤੁਹਾਨੂੰ ਫਾਰਮ ਭਰਨੇ ਆ ਇਹ ਸਭ ਕੁਝ ਝੂਠ ਦਾ ਪਲੰਦਾ ਬਣਾ ਕੇ ਸਿਰਫ ਵੋਟਾਂ ਪਟਾਉਣ ਦੀ ਗੱਲ ਕਰਦੇ ਆ ਪਰ ਜਿੰਨੀਆਂ ਅੱਜ ਜਥੇਬੰਦੀਆਂ ਚਾਹੇ ਕਿਸਾਨ ਵਾ ਚਾਹੇ ਸਾਡੇ ਮਜ਼ਦੂਰ ਵਾ ਚਾਹੇ ਮੁਲਾਜ਼ਮ ਭਰਾ ਆ ਉਹ ਸਾਰੇ ਜਿਹੜੇ ਆ ਪ੍ਰੋਟੈਸਟ ਮੁਜ਼ਾਹਰੇ ਕਰ ਰਹੇ ਆ ਉਹ ਕਾਰਨ ਸਰਕਾਰ ਜਿਹੜੀ ਆ ਹਰ ਮੰਤਵ 'ਤੇ ਫੇਲ ਹੋਈ